ਤੜਕਾ ਜ਼ੀਰੇ ਦੇ ਵਿੱਚ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਲੱਗ ਚੁੱਕਿਆ ਸੀਗਾ, ਇਸ ਵਾਰ ਕੀ ਮਾਹੌਲ? ਜ਼ੀਰਾ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਘਰੇ ਬਹਿ ਕੇ ਆਪਦੇ ਵਰਕਰਾਂ ਨੂੰ ਮਨਾਉਣ। ਸਾਬਕਾ ਜਿਹੜੇ ਤੁਹਾਡੇ ਫਾਦਰ ਜਿਹੜੇ ਜਥੇਦਾਰ ਸਵਰਗੀ ਜਥੇਦਾਰ ਨੇ ਸਵਰਗੀ, ਉਹ ਕਹਿੰਦੇ ਉਹਨਾਂ ਦਾ ਬੜਾ ਸ਼ਾਂਤ ਸੁਭਾਅ ਸੀ। ਬਾਪ ਦੀ ਜਿਹੜੀ ਕਮੀ ਹੈ ਉਹ ਤਾਂ ਨਹੀਂ ਪੂਰੀ ਹੋ ਸਕਦੀ, ਕਿਉਂਕਿ ਅੱਜ ਮੇਰੇ ਪਿਤਾ ਜੀ ਹੁੰਦੇ ਤਾਂ ਗੱਲ ਹੀ ਕੁਛ ਹੋਰ ਸੀ, ਮੈਂ MLA ਵੀ ਹੁੰਦਾ, ਅਤੇ ਕਿਉਂਕਿ ਬਹੁਤ ਵੱਡਾ ਜਿਗਰਾ ਸੀ ਉਹਨਾਂ ਦਾ। ਪੰਚਾਇਤੀ ਚੋਣਾਂ ਦੇ ਲਈ ਵੋਟਾਂ ਪੈ ਰਹੀਆਂ ਨੇ ਔਰ ਜ਼ੀਰਾ ਅਜਿਹਾ ਹਲਕਾ ਵਾ ਜਿੱਥੇ ਹਰ ਵਾਰ ਲੜਾਈ ਝਗੜੇ ਹੁੰਦੇ ਨੇ ਔਰ ਵੋਟਾਂ ਤੋਂ ਪਹਿਲਾਂ ਵੀ, ਵੋਟਾਂ ਵਾਲੇ ਦਿਨ ਵੀ, ਕਿਉਂਕਿ ਕਹਿੰਦੇ ਕਿ ਜ਼ੀਰੇ ਦੇ ਵਿੱਚ ਜ਼ੀਰੇ ਦਾ ਤੜਕਾ ਨਾ ਲੱਗੇ ਤਾਂ ਫਿਰ ਇਹ ਚੋਣਾਂ ਜਿਹੜੀਆਂ ਨੇ ਮੁਕੰਮਲ ਨਹੀਂ ਹੁੰਦੀਆਂ। ਮੇਰੇ ਨਾਲ ਕੁਲਵੀਰ ਜ਼ੀਰਾ ਹੋਰੀ ਨੇ, ਸਾਬਕਾ ਵਿਧਾਇਕ। ਵਿਧਾਇਕ ਸਾਹਿਬ, ਤੜਕਾ ਜ਼ੀਰੇ ਦੇ ਵਿੱਚ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਲੱਗ ਚੁੱਕਿਆ ਸੀਗਾ, ਇਸ ਵਾਰ ਕੀ ਮਾਹੌਲ? ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪੰਕਜ ਜੀ, ਗੱਲ ਇਹ ਆ ਕਿ ਜ਼ੀਰਾ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਘਰੇ ਬਹਿ ਕੇ ਆਪਦੇ ਵਰਕਰਾਂ ਨੂੰ ਮਨਾਉਣ, ਔਰ ਮੈਂ ਤਾਂ ਇਹ ਗੱਲ ਕਰਦਾ ਕਿ ਵਰਕਰ 5 ਸਾਲ ਸਾਡੇ ਲਈ ਲੜਾਈ ਲੜਦਾ, ਕਿਸੇ ਦਾ ਪਿੰਡ ਦੇ ਵਿੱਚ ਕੋਈ ਵੱਟਦਾ ਜਾਂ ਪੈਲੀ ਦਾ ਰੌਲਾ ਨਹੀਂ ਗਾ। ਉਹਨਾਂ ਦਾ ਰੌਲਾ ਇਹ ਹੈ ਕਿ ਸਾਡੀ ਕਾਂਗਰਸ ਪਾਰਟੀ ਦਾ ਲੀਡਰ ਤਕੜਾ ਹੋਵੇ, ਸਾਡਾ ਲੀਡਰ ਤਕੜਾ ਹੋਵੇ, ਔਰ ਅੱਜ ਉਹਨਾਂ ਦੀ ਲੜਾਈ ਜੇ ਅਸੀਂ ਨਹੀਂ ਲੜਾਂਗੇ ਤਾਂ ਕੌਣ ਲੜੂਗਾ? ਔਰ ਲੜਾਈ ਇਹ ਹੈ ਕਿ ਅਸੀਂ ਤਾਂ ਸਿਰਫ ਇੱਕ ਜਿਹੜੇ ਕਾਗਜ਼ ਸੀ ਉਹ ਨਾਮਜ਼ਦ ਕਰਨ ਜਾ ਰਹੇ ਸੀ, ਔਰ ਜਿਹੜੀਆਂ ਉਸ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੇ ਜੋ ਪੋਸਟਾਂ ਪਾਈਆਂ, ਜਿਨ੍ਹਾਂ ਬਾਰੇ ਤੁਸੀਂ ਵੀ ਉਦਣ ਆਪਦੇ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ, ਔਰ ਮੈਂ ਗੱਲ ਕਹਿੰਦਾ ਕਿ ਅਸੀਂ, ਮੈਂ ਹਮੇਸ਼ਾ ਆਪਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਕਿ ਜੇ ਕਿਸੇ ਦੇ ਕੋਈ ਕਸ਼ਟ ਆਉਂਦਾ ਜਾਂ ਕਿਸੇ ਨੂੰ ਕੋਈ ਦੁੱਖ ਲੱਗਦਾ ਤਾਂ ਉਹਦੀ ਪੀੜ ਮੈਂ ਮਹਿਸੂਸ ਕਰਦਾ ਵਾਂ, ਔਰ ਮੈਂ ਆਪਦਾ ਜਿਹੜਾ ਰੋਲ ਨਿਭਾਉਂਦਾ ਮੈਂ ਬਿਲਕੁਲ ਸਹੀ ਨਿਭਾਉਂਦਾ, ਕਿਉਂਕਿ ਇਹਨਾਂ ਪਬਲਿਕ ਕਰਕੇ ਹੀ ਮੈਂ ਹਾਂ ਔਰ ਇਹਨਾਂ ਦਾ ਪਿਆਰ ਹੀ ਮੇਰੀ ਤਾਕਤ ਆ। ਇਸ ਵਾਰ ਦਾ ਮਾਹੌਲ ਕੀ ਹੈ? ਤੁਸੀਂ ਕਈ ਥਾਵਾਂ ਤੇ ਗਏ ਵੀ ਹੋਵੋਗੇ, ਆਮ ਆਦਮੀ ਪਾਰਟੀ ਦੇ ਕਹਿੰਦੇ ਬਹੁਤ ਸਾਰੇ ਸਮਰਥਕ ਜਿਹੜੇ ਨੇ ਉਹ ਕੈਂਡੀਡੇਟ ਜਿੱਤ ਰਹੇ ਨੇ। ਗੱਲ ਇਹ ਜੀ, ਮੈਂ ਤਾਂ ਅੱਗੇ ਦੱਸਿਆ ਕਿ ਜਿੱਥੇ ਨੋਟ ਸੰਮਤੀ ਹੋ ਜੇ ਤੇ ਉੱਥੇ ਆਪਣੇ ਆਪ ਹੀ ਆਮ ਆਦਮੀ ਪਾਰਟੀ ਨੇ ਕਹਿਣਾ ਜਿੱਤ ਰਹੇ ਆ। ਜੇ ਆਮ ਆਦਮੀ ਪਾਰਟੀ ਨੂੰ ਏਡਾ ਹੀ ਸੀਗਾ ਤੇ ਸਾਡੇ ਬੰਦਿਆਂ ਦੇ ਕਾਗਜ਼ ਕਿਉਂ ਰੱਦ ਕਰਾਏ? ਇਲੈਕਸ਼ਨ ਹੋਣ ਦਿੰਦੇ, ਇਲੈਕਸ਼ਨ ਹੁੰਦਾ ਪਤਾ ਲੱਗ ਜਾਂਦਾ, ਅੱਜ 43 ਪਿੰਡਾਂ 'ਚ ਇਲੈਕਸ਼ਨ ਹੋ ਰਿਹਾ, ਸ਼ਾਮ ਨੂੰ ਰਿਜ਼ਲਟ ਪਤਾ ਲੱਗ ਜਾਣਾ ਕਿ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਅਤੇ ਕਾਂਗਰਸ ਕਿੱਥੇ ਖੜੀ ਹੈ। ਔਰ ਮੈਂ ਗੱਲ ਕਹਿੰਦਾ ਕਿ ਇਹਨਾਂ ਨੇ ਜਿਹੜੀਆਂ ਸਰਬਸੰਮਤੀਆਂ ਨਹੀਂ ਕੀਤੀਆਂ ਗਈਆਂ, ਇਹਨਾਂ ਨੇ ਨੋਟ ਸੰਮਤੀਆਂ ਕੀਤੀਆਂ ਨੇ। ਥੋੜ੍ਹੇ ਚਿਰ ਬਾਅਦ ਪੰਕਜ ਜੀ ਇਲੈਕਸ਼ਨ ਹੋ ਜਾਂਦੇ ਹੋ, ਤੁਹਾਨੂੰ 15-20 ਦਿਨਾਂ ਦੇ ਵਿੱਚ ਹੀ ਜਿਹੜੇ ਲੋਕ ਆ ਆਪ ਉਹ ਹੁੱਬ ਹੁੱਬ ਕੇ ਬੋਲਣਗੇ ਕਿ ਸਾਡੇ ਤੋਂ ਵਿਧਾਇਕ ਨੇ ਕਿੰਨੇ ਪੈਸੇ ਲਏ ਆ। ਮੈਂ ਆਪਦੀ ਸਰਕਾਰ 'ਚ ਸਰਪੰਚ ਬਣਾਏ ਸੀ, ਅੱਜ ਤੱਕ ਕੋਈ ਕਹਿ ਦੇ ਕਿ ਕੁਲਵੀਰ ਸਿੰਘ ਜ਼ੀਰਾ ਕਿਤੇ ਚਾਹ ਦੇ ਗੱਪ ਦਾ ਵੀ ਰਵਾਂਦਾਰ ਹੋਵੇ, ਔਰ 15 ਦਿਨਾਂ ਦੀ ਖੇਡ ਆ, 15 ਦਿਨਾਂ ਦੇ ਵਿੱਚ ਲੋਕ ਜਿਹੜੇ ਆ ਉਹ ਚੈਨਲਾਂ 'ਤੇ ਜਾ ਕੇ ਬੋਲਣਾ ਸ਼ੁਰੂ ਕਰ ਦੇਣਗੇ ਕਿ ਸਾਡੇ ਪਿੰਡਾਂ 'ਚ ਬੋਲੀ ਲੱਗੀ ਏ ਔਰ ਬੋਲੀ ਦੇ ਨਾਲ ਸਰਪੰਚ ਬਣਾਇਆ ਗਿਆ। ਲੇਕਿਨ ਜਦੋਂ ਤੁਹਾਡੀ ਸਰਕਾਰ ਸੀ ਉਸ ਵੇਲੇ ਤੁਸੀਂ ਵੀ, ਤੁਹਾਡੇ 'ਤੇ ਇਲਜ਼ਾਮ ਲੱਗਦੇ ਕਹਿੰਦੇ ਫਾਰਮ ਨਹੀਂ ਭਰਨ ਦਿੰਦੇ ਸੀਗੇ। ਮੈਂ ਫਾਰਮ ਭਰਨ ਤੋਂ ਨਹੀਂ ਸੀ ਰੋਕਦਾ, ਮੈਂ ਇਹ ਕਹਿੰਦਾ ਸੀਗਾ ਕਿ ਬਾਹਰਲੇ ਲੀਡਰ ਆਣ ਕੇ ਗੁੰਡਾਗਰਦੀ ਨਾ ਕਰਨ, ਜਿਵੇਂ ਨੋਨੀ ਮਾਨ ਆਇਆ ਸੀ, ਜਿੰਦੂ ਆਇਆ ਸੀ, ਜਾਂ ਉਸ ਤੋਂ ਬਾਅਦ ਬਿਕਰਮਜੀਤ ਮਜੀਠੀਆ ਕਹਿੰਦਾ ਸੀ ਮੈਂ ਆਣ ਕੇ ਕਾਗਜ਼ ਭਰਾ ਕੇ ਜਾਊਂ। ਮੈਂ ਕਿਹਾ ਲੋਕਾਂ ਨੂੰ ਲੜਾਓ ਨਾ, ਲੋਕਾਂ ਨੂੰ ਨੋਮੀਨੇਸ਼ਨ ਕਰਨ ਦਿਓ, ਲੋਕ ਨੋਮੀਨੇਸ਼ਨ ਕਰਨ। ਔਰ ਮੈਂ ਤਾਂ ਜੇ ਉਦੋਂ 2 ਦਿਨ ਦਾ ਸਮਾਂ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਸੀ ਅਤੇ 2 ਦਿਨ ਦੇ ਵਿੱਚ ਜਿਹਨੇ ਨੋਮੀਨੇਸ਼ਨ ਕਰਨੀ ਸੀ ਕੀਤੀ ਵੀ, ਔਰ ਤੁਸੀਂ ਉਦੋਂ ਦਾ ਰਿਜ਼ਲਟ ਅਤੇ ਹੁਣ ਦਾ ਰਿਜ਼ਲਟ ਵੀ ਕੱਢ ਸਕਦੇ, ਕਿਉਂਕਿ ਸਭ ਤੋਂ ਸੈਂਸਿਟਿਵ ਏਰੀਆ ਜ਼ੀਰਾ ਮੰਨਿਆ ਜਾਂਦਾ ਹੈ, ਲੜਾਈ ਝਗੜੇ 'ਤੇ ਬਹੁਤ ਸਾਰੇ ਚਾਂਸ ਬਣੇ ਰਹਿੰਦੇ ਆ। ਗੱਲ ਇਹ ਹੈ ਜੀ ਕਿ ਮੈਂ ਤਾਂ ਇਹ ਬੇਨਤੀ ਕਰਦਾ ਕਿ ਜੇ 234 ਸਰਪੰਚ ਬਣਾ ਕੇ ਮੈਂ MLA ਨਹੀਂ ਬਣਿਆ ਤਾਂ ਕੋਈ ਵੀ ਜਿਹੜਾ ਲੀਡਰ ਆ ਉਹ ਇਹ ਭੁੱਲ ਜੇ ਕਿ ਇਹ ਜਿਹੜੇ ਸਰਪੰਚ ਜਾਂ MC ਨੇ ਇਹ ਤੁਹਾਨੂੰ ਜਿਤਾ ਸਕਦੇ ਆ। ਹਮੇਸ਼ਾ ਸਰਪੰਚ ਉਹ ਜਿਤਾ ਸਕਦਾ ਹੈ ਜਿਹਦੇ ਵਿੱਚ ਲੋਕ ਸੇਵਾ ਕਰਨ ਦਾ ਜਿਹਦਾ ਮਾਣ ਹੋਵੇ, ਜਿਹੜਾ ਇੱਕ ਚੰਗਾ ਇਨਸਾਨ ਬਣ ਕੇ ਲੋਕਾਂ ਦੇ ਵਿੱਚ ਵਿਚਰੇ। ਔਰ ਜਿਹੜੇ ਬੰਦੇ ਨੇ ਕਹਿਣਾ ਕਿ ਮੈਂ ਸਰਪੰਚਾਂ 'ਤੇ ਕਿਸੇ ਨੂੰ ਮੋਹਰ ਨਹੀਂ ਲਾਉਣੀ ਜਾਂ ਕਿਸੇ ਨੂੰ ਆਪਦੀ ਐਂਕੜਬਾਜ਼ੀ ਵਿਖਾਉਣੀ, ਉਹ ਲੀਡਰ ਵੀ ਕਿਤੇ ਕਾਮਯਾਬ ਨਹੀਂ ਹੋ ਸਕਦਾ। ਔਰ ਅੱਜ ਇਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਹੋਣਾ ਸੀਗਾ, ਜਿਹਦੇ ਵਿੱਚ ਸਾਡੀਆਂ ਨੋਮੀਨੇਸ਼ਨਾਂ ਕੈਂਸਲ ਕੀਤੀਆਂ, ਅੱਜ 43 ਪਿੰਡ ਜ਼ੀਰੇ ਬਲਾਕ ਦੇ ਨੇ ਅਤੇ 6 ਮਾਖੂ ਬਲਾਕ ਦੇ ਨੇ, ਜਦੋਂ ਕਿ 234 ਪਿੰਡਾਂ 'ਚ ਤੁਸੀਂ ਵੇਖੋ ਕਿ ਕਿੰਨਿਆਂ ਪਿੰਡਾਂ ਦੇ ਵਿੱਚ ਸਿਰਫ ਇਲੈਕਸ਼ਨ ਹੋ ਰਿਹਾ। ਔਰ ਮੈਂ ਇਹਦੇ ਨਾਲ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਪਿਛਲੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਈਆਂ, ਇੱਕ ਸਭ ਤੋਂ ਵੱਡਾ ਡਰ ਸੀ ਆਮ ਆਦਮੀ ਪਾਰਟੀ ਦੇ ਮਨ ਦੇ ਵਿੱਚ ਕਿ ਜੇ ਉਦੋਂ ਸਾਨੂੰ ਪਿੰਡਾਂ ਦੇ ਵਿੱਚ 50, 60, 30, 40 ਵੋਟਾਂ ਪਈਆਂ ਨੇ, ਸਾਡੇ ਪਿੰਡਾਂ 'ਚੋਂ ਸਰਪੰਚ ਨਹੀਂ ਬਣਨੇ, ਨਾਲੇ ਤਾਂ ਘਰ ਭਰ ਲਏ
ਨਾਲੇ ਸਰਪੰਚ ਉਹੋ ਜਿਹੇ ਬੰਦੇ ਬਣਾਤੇ ਆ ਕਿ ਜਿਹੜੇ ਇਹਨਾਂ ਦੇ ਵਰਕਰ ਸੀਗੇ। ਅੱਜ ਤੁਸੀਂ ਵੇਖਿਆ ਕਈਆਂ ਜਾਵਾਂ ਜਗ੍ਹਾ 'ਤੇ ਇਹਨਾਂ ਦੇ ਵਰਕਰ ਆਪਸ 'ਚ ਲੜ ਰਹੇ ਨੇ, ਜਿਵੇਂ ਕਸੋਵਾਣੇ ਪਿੰਡ ਚਲੇ ਜਾਓ ਉੱਥੇ ਵੀ ਇਹਨਾਂ ਦੇ ਆਪਸ ਦੇ ਵਿੱਚ ਦੋਵੇਂ ਧਿਰਾਂ ਲੜ ਰਹੀਆਂ ਨੇ। ਤਾਂ ਇਹਨਾਂ ਦੇ ਵਰਕਰ ਵੀ ਜਿਹੜੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਥੋਂ ਤੱਕ ਖੜਾ ਕੀਤਾ ਲੈ ਕੇ ਆਉਂਦਾ, ਅੱਜ ਉਹਨਾਂ ਨੂੰ ਵੀ ਇਗਨੋਰ ਕਰਕੇ ਜਿਹੜਾ ਕਿ ਉਹ ਪੈਸੇ ਵਾਲੀਆਂ ਸਾਮੀਆਂ ਨੂੰ ਵੇਖ ਕੇ ਉਹਨਾਂ ਨੂੰ ਜੀਰੇ ਦੇ ਵਿੱਚ ਜਿਹੜਾ ਜੀਰੇ ਹਲਕੇ 'ਚ ਜਿਹੜਾ ਸਰਪੰਚ ਚੁਣ ਗਏ। ਅੱਛਾ, ਸਾਬਕਾ ਜਿਹੜੇ ਤੁਹਾਡੇ ਫਾਦਰ ਜਿਹੜੇ ਜਥੇਦਾਰ ਸਵਰਗੀ ਜਥੇਦਾਰ ਨੇ ਸਵਰਗੀ, ਉਹ ਕਹਿੰਦੇ ਉਹਨਾਂ ਦਾ ਬੜਾ ਸ਼ਾਂਤ ਸੁਭਾਅ ਸੀ, ਦੂਜੇ ਪਾਸੇ ਕਟਾਰੀਆ ਹੋਰਾਂ ਦਾ ਬੜਾ ਸ਼ਾਂਤ ਸੁਭਾਅ ਹੈ, ਲੇਕਿਨ ਉਹਨਾਂ ਦਾ ਬੇਟਾ ਸ਼ੰਕਰ ਅਤੇ ਦੂਜੇ ਪਾਸੇ ਕੁਲਵੀਰ, ਕਹਿੰਦੇ ਇਹ ਦੋਵੇਂ ਬੜੇ ਅੜਬ ਸੁਭਾਅ ਵਾਲੇ ਨੇ, ਇੱਕ ਦੂਜੇ ਨਾਲ ਮਤਲਬ ਪਿੰਡਾਂ ਵਾਲਿਆਂ ਨੂੰ ਬਹੁਤ ਨੁਕਸਾਨ ਕਰਾਉਂਦੇ। ਗੱਲ ਇਹ ਕਿ ਮੇਰਾ ਕੋਈ ਅੜਬ ਸੁਭਾਅ ਨਹੀਂ, ਮੈਨੂੰ ਤਾਂ ਹਮੇਸ਼ਾ ਮੇਰੇ ਪਿਤਾ ਜੀ ਨੇ ਇਹ ਗੱਲ ਸਿਖਾਈ, ਉਹ ਕਹਿੰਦੇ MLA ਬਣਨਾ ਵਜ਼ੀਰ ਬਣਨਾ ਛੋਟੀਆਂ ਗੱਲਾਂ ਨੇ, ਚੰਗੇ ਇਨਸਾਨ ਬਣੋ, ਜਿਹੜਾ ਤੁਹਾਡੇ ਲਈ ਦਿਨ ਰਾਤ ਕੰਮ ਕਰਦਾ ਉਹਦੇ ਲਈ ਜ਼ਰੂਰ ਕਰੋ। ਔਰ ਮੈਂ ਆਪਦਾ ਜਿਹੜਾ ਕਿ ਪਿਤਾ ਪੁਰਖੀ ਜਿਹੜਾ ਆਪਦਾ ਉਹ ਜਿਹੜਾ ਫਰਜ਼ ਨਿਭਾਇਆ, ਔਰ ਇਹ ਜੇ ਵਰਕਰ ਸਾਡੇ ਨਾਲ ਖੜੇ ਆ ਮਾੜੇ ਸਮੇਂ 'ਚ, ਅੱਜ ਮੇਰਾ ਫਰਜ਼ ਸੀ ਇਹਨਾਂ ਦੇ ਨਾਲ ਖੜਨਾ। ਅੱਜ 117 ਹਲਕਿਆਂ ਦੇ ਵਿੱਚ ਕਿੰਨੇ ਕੁ ਲੀਡਰ ਨੇ ਬਈ ਜਿਹੜੇ ਆਪਦੇ ਵਰਕਰਾਂ ਦੇ ਨਾਲ ਖੜੇ ਨੇ, ਜਿਨ੍ਹਾਂ ਨੇ ਜਾ ਕੇ ਨੋਮੀਨੇਸ਼ਨਾਂ ਕਰਾਈਆਂ ਨੇ। ਔਰ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਦਾ, ਡਿੰਪਾ ਜੀ ਦਾ, ਸ਼ੇਰ ਸਿੰਘ ਘਬਾਇਆ ਜੀ ਦਾ, ਔਰ ਬਾਜਵਾ ਸਾਹਿਬ ਦਾ, ਔਰ ਰੰਧਾਵਾ ਸਾਹਿਬ ਦਾ, ਜਿਨ੍ਹਾਂ ਨੇ ਸਾਰਿਆਂ ਨੇ ਮੈਨੂੰ ਹਿੰਮਤ ਵੀ ਦਿੱਤੀ ਹੈ। ਔਰ ਜਿਨ੍ਹਾਂ ਨੇ ਬਾਪ ਦੀ ਜਿਹੜੀ ਕਮੀ ਹੈ ਉਹ ਤਾਂ ਨਹੀਂ ਪੂਰੀ ਹੋ ਸਕਦੀ, ਕਿਉਂਕਿ ਅੱਜ ਮੇਰੇ ਪਿਤਾ ਜੀ ਹੁੰਦੇ ਤਾਂ ਗੱਲ ਹੀ ਕੁਛ ਹੋਰ ਸੀ, ਮੈਂ MLA ਵੀ ਹੁੰਦਾ, ਅਤੇ ਕਿਉਂਕਿ ਬਹੁਤ ਵੱਡਾ ਜਿਗਰਾ ਸੀ ਉਹਨਾਂ ਦਾ। ਔਰ ਫਿਰ ਵੀ ਉਸ ਦਿਨ ਵੱਡੇ ਭਰਾ ਬਣ ਕੇ ਬਾਪ ਦਾ ਆਸ਼ੀਰਵਾਦ ਜਿਹੜਾ ਕਿ ਰਾਜਾ ਵੜਿੰਗ ਜੀ ਨੇ ਦਿੱਤਾ, ਸਾਰੀ ਸਮੁੱਚੀ ਲੀਡਰਸ਼ਿਪ ਆਈ, ਰੰਧਾਵਾ ਜੀ ਆਏ, ਸਾਰੇ ਲੀਡਰਾਂ ਨੇ ਆਣ ਕੇ ਜਿਹੜਾ, ਜਿਹੜੀ ਤੁਹਾਡੀ ਤਲਖੀ ਹੁੰਦੀ ਹੈ ਇੱਕ ਦੂਜੇ ਨਾਲ, ਕਹਿੰਦੇ ਪਿੰਡਾਂ 'ਚ ਲੜਾਈ ਕਰਾ ਦਿੰਦੀ ਹੈ, ਮੇਰੀ ਕੋਈ ਕਿਸੇ ਨਾਲ ਕੋਈ ਤਲਖੀ, ਸ਼ੰਕਰ ਤੇ ਤੁਸੀਂ ਆਮੋ ਸਾਹਮਣੇ ਜਦੋਂ ਹੋ ਜਾਂਦਾ ਜੀ, ਬਿਲਕੁਲ ਨਹੀਂ, ਕੱਲ ਦਾ ਜਵਾਕ ਆ ਆਪਣਾ, ਉਹਦੇ ਨਾਲ ਕੋਈ ਰੌਲਾ ਨਹੀਂ। ਮੈਂ ਤਾਂ ਇਹ ਗੱਲ ਸਮਝਾਉਂਦਾ ਵਾਂ ਕਿ ਇਹਨਾਂ ਤਲਖੀਆਂ ਦਾ ਕੋਈ ਫਾਇਦਾ ਨਹੀਂ, ਮੈਨੂੰ ਇਹ ਦੱਸੋ ਕਿ 3 ਸਾਲਾਂ 'ਚ ਕੀਤਾ ਕੀ। ਹਾਂ, ਜੀਰਾ ਮਾੜਾ ਕਿਉਂ ਲੱਗਦਾ, ਚਾਹੇ ਮੈਂ ਆਪਦੀ ਸਰਕਾਰ ਸੀ ਅਤੇ ਸਰਪੰਚਾਂ ਦੀ ਸਹੁੰ ਵੇਲੇ ਮੈਂ ਇੱਕੋ ਗੱਲ ਕਹੀ ਸੀਗੀ ਕਿ ਚਿੱਟਾ ਬੰਦ ਕਰਨ ਨੂੰ ਕਿਹਾ ਸੀ ਕੈਪਟਨ ਸਾਹਿਬ ਨੇ, ਨਹੀਂ ਕੀਤਾ। ਮੈਂ ਹੱਕ ਅਤੇ ਸੱਚ 'ਤੇ ਲੜਨ ਵਾਲਾ ਬੰਦਾ ਹਾਂ। ਜੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਕਿਹਾ ਕਿ 234 ਕਰੋੜ ਦਾ ਜੀਰਾ ਹਿਸਾਬ ਦੇਵੇ, ਮੈਨੂੰ ਸਸਪੈਂਡ ਕਰ ਦਿੱਤਾ, ਤਾਂ ਮੈਂ ਕਿਹਾ ਜੀ ਕਿ ਕੋਈ ਚੰਗਾ ਅਫਸਰ ਰੱਖੋ ਕਿ ਮੈਂ 1200 ਕਰੋੜ ਆਪਦੇ ਹਲਕੇ ਲਈ ਲੈ ਕੇ ਆਇਆ, ਅੱਜ ਮੇਰੇ ਤਾਂ ਕੰਮ ਬੋਲਦੇ ਨੇ, ਅੱਜ ਇਹਨਾਂ ਦੀ ਸਰਕਾਰ ਆ, ਦੱਸਣ ਤਾਂ ਹੀ 3 ਸਾਲਾਂ 'ਚ ਕੀਤਾ। ਅੱਛਾ, ਇਹ ਹਲਕਾ ਜੀਰਾ ਵੈ ਜਾਂ ਜ਼ੀਰਾ ਵੈ, ਕਿਉਂਕਿ ਬਾਹਰ ਬੋਰਡ 'ਤੇ ਜੀਰਾ ਲਿਖਿਆ, ਨੁਕਤਾ ਨਹੀਂ ਹੈਗਾ, ਬਿੰਦੀ ਨਹੀਂ ਗੀ, ਇੱਥੇ ਜ਼ੀਰਾ ਅਤੇ ਬੋਰਡ ਹੀ ਤੁਸੀਂ ਗੇਟ ਹੀ ਗਲਤ ਬਣਵਾਇਆ ਪਿਆ। ਗੱਲ ਇਹ ਗੇਟ ਗਲਤ ਨਹੀਂ ਬਣਾਇਆ ਹੈਗਾ, ਗੱਲ ਇਹ ਕਿ ਜਿੰਨੀ ਵੀ ਮੈਂ ਚਾਹੇ ਕਲੋਕ ਟਾਵਰ ਦੀ ਗੱਲ ਕਰ ਲਈਏ, ਚਾਹੇ ਜ਼ੀਰਾ ਗੇਟ ਦੀ ਗੱਲ ਕਰ ਲਈਏ, ਔਰ ਮੈਂ ਗੱਲ ਕਹਿੰਦਾ ਕਿ ਉਹਦੇ ਵਿੱਚ ਜਿੱਥੇ ਮੇਰੇ ਇਹਨਾਂ ਨੇ ਨੀਂਹ ਪੱਥਰ ਲੱਗੇ ਸੀਗੇ ਉਹ ਕੱਢ ਦਿੱਤੇ, ਅੱਜ ਤੁਸੀਂ ਜਿੰਨਾ ਮੈਂ ਕੰਮ ਕਰਾਇਆ ਕਿਤੇ ਜਾਓ, ਮੈਂ ਕਿਉਂਕਿ ਛੋਟੀ ਸਿਆਸਤ 'ਚ ਨਹੀਂ ਪੈਂਦਾ ਗਾ, ਅੱਜ ਕਿਸੇ ਪਿੰਡ ਮੇਰਾ ਨੀਂਹ ਪੱਥਰ ਨਹੀਂ ਛੱਡਿਆ ਉਹ ਪੱਟ 'ਤੇ। ਮੈਂ ਕਿਹਾ ਨਾ ਤਾਂ ਗਲੀਆਂ ਨਾਲੀਆਂ ਤੁਹਾਡੇ ਤੋਂ ਪੱਟੀਆਂ ਜਾਣੀਆਂ ਨੇ, ਉਹ ਤਾਂ ਉੱਥੇ ਦੀਆਂ ਉੱਥੇ ਰਹਿਣੀਆਂ ਨੇ, ਦਰਿਆ 'ਤੇ ਮੈਂ 24 ਕਿਲੋਮੀਟਰ ਦੀ ਰੋਡ ਬਣਾਈਏ, ਮੈਂ ਕਿਹਾ ਨੀਂਹ ਪੱਥਰ ਚੱਕ ਦਿਓ ਕੋਈ ਗੱਲ ਨਹੀਂ, ਪਰ ਰੋਡ ਤਾਂ ਨਹੀਂ ਉਹ ਕਿਸੇ ਤੋਂ ਚੱਕੀ ਜਾਣੀ। ਇਸੇ ਤਰ੍ਹਾਂ ਜਿਹੜੇ ਗੇਟ ਬਣਾਏ ਨੇ ਇਹ ਬਹੁਤ ਸੁੰਦਰ ਗੇਟ ਬਣੇ ਸੀਗੇ, ਔਰ ਮੈਨੂੰ ਇਹ ਸੀਗਾ ਕਿ ਜਿਹੜਾ ਜ਼ੀਰਾ ਹੈ ਇਹ ਅਲਫਾਬੈਟੀਕਲੀ ਚੱਲੀ ਗਏ ਅਤੇ ਜਿਹੜੀ ਜੈੱਡ ਆ ਉਹ ਸਭ ਤੋਂ ਲਾਸਟ 'ਤੇ ਆਉਂਦੀ, ਪਰ ਮੈਂ ਚਾਹੁੰਦਾ ਸੀ ਕਿ ਜੀਰਾ ਪਹਿਲੇ ਨੰਬਰ 'ਤੇ ਆ। ਮੈਂ ਬਹੁਤ ਕੁਛ ਹਲਕੇ ਲਈ ਲੈ ਕੇ 100 ਕਰੋੜ ਰੁਪਈਆ ਤਾਂ ਜਿਹੜਾ ਹੈ, ਜਿਹਦੇ ਵਿੱਚ 50 ਕਰੋੜ ਦਾ ਜੀਰੇ ਦੇ ਵਿੱਚ ਹੋਸਪਿਟਲ ਬਣਨਾ ਸੀਗਾ ਜੀਰਾ ਸਾਹਿਬ ਦੀ ਯਾਦ ਦੇ ਵਿੱਚ, ਜਿਹਦੇ ਵਿੱਚ ITI ਮਖੂ ਦੇ ਵਿੱਚ ਬਣਨੀ ਸੀ, ਜਿਹਦੇ ਵਿੱਚ ਸਾਡੇ ਮਖੂ ਦੇ ਵਿੱਚ ਇੱਕ ਗੰਦਾ ਨਾਲਾ ਲੰਘਦਾ ਉਹ ਉਹਦਾ ਨਵੀਨੀਕਰਨ ਕਰਕੇ ਉਹਨੂੰ ਵਧੀਆ ਸੁੰਦਰ ਬਣਾ ਕੇ ਦੋਵੇਂ ਬੰਨੇ ਰੋਡ ਬਣਾ ਕੇ ਇੱਕ ਸੈਰਗਾਹ ਟਾਈਪ ਜਿਹੜਾ ਕਿ 7 ਕਰੋੜ ਉਹਦਾ ਵਾਪਸ ਗਿਆ, ਜਿਹਦੇ ਵਿੱਚ ਪੁਰਾਣੀਆਂ ਕਚਹਿਰੀਆਂ ਜਿਹੜੀਆਂ ਪੁੱਡਾ ਨੂੰ ਅਕਾਲੀ ਦਲ ਨੇ ਦੇਤੀਆਂ ਸੀ ਜਗ੍ਹਾ, ਉਹ 6 ਕਿੱਲੇ ਮੈਂ ਜਗ੍ਹਾ ਸਰਕਾਰ ਨੂੰ ਦਵਾ ਕੇ, ਜਿਹੜਾ ਇੱਥੇ ਤਹਿਸੀਲ ਕੰਪਲੈਕਸ ਬਣਾਉਣ ਲਈ 12 ਕਰੋੜ ਰੁਪਈਆ ਚੰਨੀ ਸਾਹਿਬ ਨੇ ਦਿੱਤਾ ਸੀ, ਔਰ ਉਹਦੇ ਨਾਲ ਨਾਲ ਜਿਹੜਾ ਕਿ ਬੱਸ ਸਟੈਂਡ ਦਾ ਜਿਹੜਾ ਨੀਂਹ ਪੱਥਰ ਆ ਰਾਜਾ ਜੀ ਰੱਖ ਕੇ ਗਏ, ਟੈਂਡਰ ਉਹਦਾ ਲੱਗ ਗਿਆ ਸੀਗਾ, ਵਰਕ ਆਰਡਰ ਨਹੀਂ ਇਹਨਾਂ ਤੋਂ ਕੱਟਿਆ ਗਿਆ। ਇਹਨਾਂ ਦੀ ਸਰਕਾਰ ਨੇ ਕਰਨਾ ਤਾਂ ਕੀ ਸੀ, ਜਿਹੜੇ ਹੁੰਦੇ ਪਏ ਕੰਮ ਸੀ ਉਹ ਵੀ ਰੋਕ ਦਿੱਤੇ। ਗੱਲ ਇਹ ਕਿ ਮੈਂ ਤਾਂ ਬਣਾਇਆ ਅਤੇ ਅੱਗੇ ਚਾਬੀਆਂ ਇਹਨਾਂ ਕੋਲ ਆ, ਸਵਾਰਨਾ ਤਾਂ ਇਹਨਾਂ ਨੇ, ਇਸ ਕਰਕੇ ਉਹ ਜਿਹੜੀ ਬਿੰਦੀ ਆ ਜਾਂ ਜਿਹੜੇ ਲੋਗੋ ਸੀ ਜਿਹੜੇ ਜੀਰਾ ਉਹ ਸਾਰੇ ਇਹਨਾਂ ਨੇ ਲਾ ਦਿੱਤੇ। ਔਰ ਤੁਸੀਂ ਦੇਖੋ ਕਿ ਅੱਜ ਜਿਹੜਾ ਕਲੋਕ ਟਾਵਰ ਜਿਹੜਾ ਚੱਲਦਾ ਸੀ ਜਿਹਦੇ ਵਿੱਚ ਜਿਹਨੂੰ ਘੰਟਾ ਘਰ ਦਾ ਮਤਲਬ ਇਹ ਸੀਗਾ ਇੱਕ ਅਲਾਰਮ ਜਿਹੜਾ ਵੱਜਦਾ ਸੀ, ਅੱਜ ਉੱਥੇ ਜਿਹੜਾ ਸੀਗਾ ਅਲਾਰਮ ਵੀ ਚੋਰੀ ਹੋ ਗਿਆ, ਉੱਥੇ ਇਨਵੈਟਰ ਸੀ ਉਹ ਵੀ ਚੋਰੀ ਹੋ ਗਿਆ,
ਕਿ ਅੱਜ ਹਰੇਕ ਚੀਜ਼ ਨੂੰ ਜਿਹੜਾ ਖੰਡਰ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਵਿਧਾਇਕ ਨੇ ਕੰਮ ਕੀਤਾ। ਬਹੁਤ ਬਹੁਤ ਧੰਨਵਾਦ। ਤਾਂ ਜ਼ੀਰੇ ਹਲਕੇ ਦੀ ਫਾਈਟ ਕਾਫੀ ਇੰਟਰਸਟਿੰਗ ਬਣੀ ਹੁੰਦੀ ਹੈ ਔਰ ਇਸ ਵਾਰ ਵੱਖੋ ਵੱਖ ਥਾਵਾਂ ਦੇ ਉੱਤੇ ਫਿਲਹਾਲ ਸ਼ਾਂਤੀ ਵਾਲਾ ਮਾਹੌਲ ਬਣਿਆ ਹੋਇਆ।